सब्जियां फ्री खिलाने पौंगे देख ला हाँ जी सत श्रीकाल जी सारे नूं बहुत लंबे टाइम तो चैनल से कोई वीडियो नहीं पा सके तो हुण स्टार्ट करांगे दोबारा वीडियो बनानी आ अज दा ब्लॉग देखो कुछ इंट्रस्टिंग आ कुछ वधिया काम नूं चले आ आई होप तुहानूं सारा वधिया लगूंगा ठंडा दा टाइम आ गया रजाइयां वी भरान चले आ तौले माजरा दा पिंडा दा तौले ਗਿਆ ਨਾ ਮੇਰੇ ਰਾਸਤੇ ਵਿੱਚ ਜੇ ਮੌਜੂਦ ਹੋਣਾ ਆ ਗਿਆ ਜਾਂ ਨਾ ਦੁਕਾਨ ਪਾ ਬਹੁਤ ਮਸ਼ਹੂਰ ਦੁਕਾਨ ਹੈ ਸੰਤੇ ਮਾਜਰੇ ਦੀ ਜਾਂ ਪੁਰਾਣੇ ਵਾਸਤੇ ਕੰਟੈਕਟ ਕਰੋ ਭਾਈ ਇਹਨਾਂ ਨਾਲ ਭਾਈ ਸਾਲ ਦੀਆਂ ਇਕੱਠਿਆਂ ਭਰਦੀ ਹੁਣ ਸਤਿ ਸ੍ਰੀ ਅਕਾਲ ਸੰਦੀਪ ਵੀਰ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਚੱਲੀਏ ਫਿਰ ਕਿੱਧਰ ਜਾਣਾ ਜੀ ਉਧਰ ਚੱਲੀਏ ਤੁਹਾਨੂੰ ਕਰਾ ਕੇ ਲਈਏ ਓਪਨਿੰਗ ਹੈ ਪਕੌੜੇ ਪਾੜ ਆ ਜਾ ਪਕੌੜੇ ਪਾੜ ਟੀਮ ਹੈ ਚਲੋ ਆਪੇ ਚੱਲੀਏ ਭਾਈ ਭਾਈ ਹੁਣੇ ਨਵੇਂ ਘਰ ਦੀ ਖੁਸ਼ੀ ਮਹਾਰਾਜ ਦਾ ਪ੍ਰਕਾਸ਼ ਰਖਾਇਆ ਸੀਗਾ ਅਸੀਂ ਖਾ ਲਈਏ ਹੱਥਾਂ ਨਾਲ ਕਈ ਗੱਲ ਤਗੜ ਦਿਖਣਾ ਅੱਛਾ ਹਾਂਜੀ ਪੇਟ ਪੂਜਾ ਹੋ ਗਈ ਤੇ ਹੁਣ ਚੱਲੇ ਆ 10 ਰੁਪਏ ਮੈਂ 1000 ਰੁਪਏ ਦਾ ਸਵਾਦ ਮਿਲਣਾ ਚਾਹੁੰਦਾ ਦੇਖਦਾ ਕਹਿੰਦਾ ਐਡ ਕਰ ਦੇ ਮੇਰੀ ਗੱਲ ਹਾਂਜੀ ਸਬਜ਼ੀਆਂ ਫ੍ਰੀ ਖਿਲਾਣੀਆਂ ਪਾਉਂਗੀਆਂ ਦੇਖ ਲਾ ਸੰਤੇ ਮਾਜਰਾ ਸ਼ਹਿਰ ਚਲੋ ਵੀਰ ਚਲੋ ਸ਼ੁਭ ਕੰਮ ਨੂੰ ਦੇਰੀ ਗਿਆ ਸੀ ਮੈਂ ਸ਼ੁਭ ਕੰਮ ਕੋ ਦੇਰੀ ਗਿਆ ਸੀ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਠੀਕ ਹੈ ਜੀ ਵਲੌਗ ਬਣਾ ਰਹੇ ਹੋ ਹਾਂਜੀ ਵਧੀਆ ਚਲੋ ਫਾਈਨਲੀ ਪਹੁੰਚ ਗਿਆ Thank you.
ਮੌਸਮ ਬਦਲ ਰਿਹਾ, ਹੋ ਸਕਦਾ ਕਿ ਹੀਲ ਹੋਣ ਤੋਂ ਬਾਅਦ ਨਾ ਖੁਸ਼ਕ ਹੋ ਜਾਵੇ, ਚਿੱਟਾ ਹੋ ਜਾਵੇ, ਤਾਂ ਭਾਜੀ ਕੋਈ ਬੇਸਿਕ ਮੋਇਸਚਰਾਈਜ਼ਰ ਲਾਉਣਾ ਤੁਸੀਂ ਇਹਦੇ 'ਤੇ, ਕੋਈ ਕੁਛ ਵੀ ਲਾਉਣਾ, ਅਤੇ ਟੈਟੂ ਨੂੰ ਕਲਰ ਫੜਨ ਲਈ ਨਾ 3 ਦਿਨ ਲੱਗਦੇ, ਇੱਕ ਵਾਰੀ ਫਿੱਕੇ ਦੀ ਇੰਡਸਟਰੀ ਨੂੰ ਉਤਰੇਗੀ ਨਾ ਲੱਗੇ ਹਲੇ ਚੜਿਆ ਨਹੀਂ ਹੈਗਾ, ਅਸੀਂ ਉਹਨੂੰ 3 ਦਿਨ ਲਵਾਂਗੇ, ਉਹਦੇ ਵਿੱਚ ਥੱਲੇ ਪਿਆ ਹੋਊਗਾ, ਉਹ ਹੀਲਿੰਗ ਪ੍ਰੋਸੈਸ ਹੈ। ਵੀਰ ਹੁੰਦਾ ਸੀ ਨੰਬਰ ਨੀਚੇ ਮੈਂਸ਼ਨ ਕਰਾਂਗੇ, ਜ਼ਰੂਰ ਵਿਜ਼ਿਟ ਕਰੋ, ਠੀਕ ਆ, ਭੁੱਲ ਨਾ ਜਾਇਓ, ਠੀਕ ਆ। Oh my god. Fix her down. Paji, vadiya lagya paji naal vi milke, tattoo karke vi maza aaya, check karo tusi tattoo ek vari, bleeding ho rahi hai je thodi ji, koi chakkar nahi hai, paji ne bahut aaram naal banaya। ਮਸਤ ਇਕਦਮ ਮਜ਼ਾ ਆ ਗਿਆ ਕਰਕੇ ਟੈਟੂ। ਸਟੂਡੀਓ ਹੈਗਾ 19C ਤੇ ਚੰਡੀਗੜ੍ਹ, 2124/1 ਕੈਲਾਸ਼ ਦੇ ਬੈਕ ਸਾਈਡ ਆ, ਨੀਚੇ ਨੰਬਰ ਮੈਂਸ਼ਨ ਕਰ ਦਾਂਗੇ, ਠੀਕ ਹੈ। ਅਸੀਂ ਅਪਾਇੰਟਮੈਂਟ 1 ਵਜੇ ਤੋਂ ਬਾਅਦ ਲਈ ਦੀ ਹੈ ਪਹਿਲੀ, ਧਿਆਨ ਰੱਖਿਓ ਵੀ ਸਦੀ ਆ ਜਾਗੀ, ਭਾਜੀ ਆ ਚੈੱਕ ਕਰੋ ਫਿਰ। ਓ ਮਾਈ ਗੋਡ, ਕਿ ਲਈ ਆਇਓ, ਮੌਕਾ ਮਿਲਣਾ ਇਹਨਾਂ ਮੌਕਾ, ਕੀ ਬਾਤ ਹੈ, ਸਿਰਾ ਲਾ ਦੇ। ਟੈਟੂ ਆਪਣਾ ਬਣ ਗਿਆ ਜੀ, ਸੈਕਟਰ 19 ਚੰਡੀਗੜ੍ਹ ਬਾਈ, ਵਿਜ਼ਿਟ ਕਰਵਾ ਕੇ ਜ਼ਰੂਰ ਵਿਜ਼ਿਟ ਕਰਿਓ, ਬਹੁਤ ਸੋਹਣਾ ਕੰਮ ਹੈ, ਜੈਨੂਇਨ ਪ੍ਰਾਈਸ 'ਤੇ। ਜਿੱਦਾਂ ਆਪਾਂ ਮਿਲਦੇ ਹਾਂ 22 ਸੈਕਟਰ ਚੰਡੀਗੜ੍ਹ। ਪੂਰੇ ਚੌਂਕਾਂ ਦੇ ਸ਼ਹਿਰ ਦੇ ਵਿੱਚ ਅਸੀਂ ਤੇਲ ਫੂਕਦੇ ਮਿਲ ਜਾਵਾਂਗੇ। ਆ ਗਏ ਕਹਿੰਦੇ ਚੰਡੀਗੜ੍ਹ ਆ ਗਏ, ਮੇਰੇ ਵੀਰੇ ਚੰਡੀਗੜ੍ਹ। ਮਾੜੂ ਕਮੇਟੀ ਚੱਕ ਲਿਆ, ਫਿਰ ਕਮੇਟੀ ਚੱਕ ਲਿਆ, ਫਿਰ ਅੱਛਾ ਜੀ ਮੇਰੀ ਫੋਟੋ ਖਿੱਚਦੇ, ਜੇ ਮੇਰੀ ਫੋਟੋ ਸਿਰਾ ਆ ਗਈ ਕਹਿੰਦੇ ਸਿਰਾ ਹੋ ਫਿਰ। ਤੇਰਾ ਲੈ ਲਿਆ ਮਿੱਤਰੋ, ਪ੍ਰੋ ਮੈਕਸ ਬਾਈ, ਡਾਕਟਰ ਸਾਹਿਬ ਨਾਲ ਕੰਟੈਕਟ ਕਰੋ, ਡਿਵੀਜ਼ਨ ਥੈਰੇਪੀ ਕਰਾਉਣ ਲਈ। 8 7 7 2 4 3 1 7 5 8 ਚੱਲ, ਬਹੁਤ ਸੋਹਣਾ ਕੰਮ ਹੈ ਡਾਕਟਰ ਸਾਹਿਬ ਦਾ, ਵਿਜਿਟ ਕਰੋ ਜ਼ਰੂਰੀ। ਮਾੜੂ ਕਿਵੇਂ ਲੱਗ ਰਿਹਾ 22 ਸੈਕਟਰ ਮਾ ਕੇ? ਅਸੀਂ ਆਏ ਸੀਗੇ 22 ਚ, ਸਾਜ ਕੇ ਮੋਲ ਲੈਣਾ ਸੀਗਾ, ਗੈਰ ਨੂੰ ਮਾਰ ਦੇਖ, ਬਾਜੀ ਨੇ ਟੈਟੂ ਬਣਾਉਣਾ ਸੀਗਾ, ਨਵੇਂ ਫੋਟੋ ਤਾਂ ਖਿੱਚਦਾ ਹੀ ਨਹੀਂ ਆਪਣਾ, ਤੇਰਾ ਮੋਲ ਲਿਆ ਸੀਗਾ ਅਸੀਂ, ਤੇ ਹੁਣ ਬਾਜੀ ਅਸੀਂ ਪੇਟੀਆਂ ਖਾਣ ਲੱਗੇ। ਕਿੱਥੇ? 4 ਪੇਟੀ। ਅੱਛਾ, 4 ਡਾਕਟਰ ਸਾਹਿਬ ਆਏ ਹੋਏ ਨੇ ਖਾਣੇ ਨੂੰ, ਨਿੱਘਾ ਸਵਾਗਤ ਆ। ਪਰ ਆਉਂਦੇ ਆ ਮੈਨੇਜਰ ਦੀ ਫੋਟੋ ਖਿੱਚਾਈ ਉਧਰ ਵੀ ਦੇਖ ਲਾ, ਐ ਨੀ ਕਰੇ ਕਰਦੇ ਸਮਾਈਲ ਬਾਹਰ ਨੀ ਲੈਣੀ ਉਰੀ ਬਾਈ, ਬਾਈ ਕੰਮ ਹੈ, ਹੱਥ ਕਿਹੜਾ ਕਰਦੇ ਜੈਮੀ ਆ।
ਜਿੱਦਰ ਭਾਈ ਬਾਈ ਸੈਕਟਰ ਦੀਆਂ ਪੇਟੀਆਂ ਮਾੜੂ ਮੈਨੂੰ ਭਾਈ ਖਾਣ ਹੋ ਗਿਆ ਲੈ ਲਓ ਮੈਂ ਇੰਨੀ ਨਹੀਂ ਖਾਣੀ ਮੈਂ ਖਾ ਜੂਗਾ ਯਾਰ ਜਿਹਨੇ ਨਹੀਂ ਖਾਣੀ ਆ ਉਹ ਖੜਾ ਦੂਗਾ ਬਸ ਖਾ ਲੈ ਭਾਈ ਖਾ ਲੈ ਬਾਬਾ ਪੇਟੀਆਂ ਦੇਖ ਲੈ ਕਿੱਥੇ ਜਾਂਦੀਆਂ ਆਰਾਮ ਨਾਲ ਖਾ ਲਾ ਆਰਾਮ ਨਾਲ ਜੈਮੀ ਹਾੜ ਬੋਲੇ ਬੇ ਹਾੜ ਭਾਜੀ ਮੈਂ ਕੰਮ ਕਰਦਾ ਤੁਹਾਡੇ ਨਾਲ ਰੱਖ ਹੈਂ ਦਿਹਾੜੀਆਂ ਦੇ ਉੱਪਰ ਸੁਕਾ ਦਿਓ ਹੈ ਭਾਜੀ ਬਾਈ ਨੂੰ ਦੇਖ ਬਾਈ ਉਧਰ ਦੱਸੋ ਜੀ ਪੋਜ ਆਪਣੇ ਤਗੜੇ ਡਾਇਰੈਕਟਰ ਸਾਹਿਬ ਹੈ ਵੀਰ ਨੂੰ ਪੁੱਛੋ ਇੱਧਰ ਹੀ ਸੰਦੀਪ ਸਿੱਧੀ ਲੇਕ ਰਸਤਾ ਲੇਕ ਕਿੱਦਾਂ ਹੈ ਚੱਲਾਂ ਵਾ ਇੱਧਰ ਦੇਖ ਟੈਕ ਛੋਟਾ ਆ ਰਿਹਾ ਬਾਈ ਡਾਇਰੈਕਟਰ ਸਾਹਿਬ ਹਾਏ ਕਰ ਦੋ ਜੀ ਡਾਇਰੈਕਟਰ ਸਾਹਿਬ ਆ ਜਾ ਹੁਣ ਚਲੋ ਮੈਂ ਤਾਂ ਕਹਿ ਰਿਹਾ ਗੋਲ ਚੌਕਾ ਦੇ ਸ਼ਹਿਰ ਦੇ ਵਿੱਚ ਦੋ ਸਾਲ ਚ ਇਹ ਚਾਰ ਤੋਂ ਪੰਜ ਬੰਦੇ ਫੜ ਲਏ ਚੰਡੀਗੜ੍ਹ ਚ ਦੋ ਸਾਲ ਵਿੱਚ ਚਾਰ ਤੋਂ ਪੰਜ ਬੰਦੇ ਚਲਾਨ ਨੀ ਕਰਾਇਆ ਸੀ ਰੈਂਡਮ ਵਿੱਚ ਉਹਦਾ ਮਾੜੂ ਦੀ ਰੈਂਡਮ ਮਾੜੂ ਮਾੜੂ ਰੈਂਡਮ ਉਹ ਆ ਜਾ ਥੱਲੇ ਨਾ ਜੀ ਓ ਮਾੜੂ ਬਰਗਰ ਵਾਲਾ ਮਾੜੂ ਬਰਗਰ ਉਹ ਰੇੜੀ ਕੋਲ ਨੂੰ ਹੋਰ ਰੇੜੀ ਕੋਲ ਨੂੰ ਭੇਜਦੇ ਬਾਈ ਅੱਗੇ ਵੀ ਜਾਣਾ ਸੀ ਰਜਾਈਆਂ ਚੱਕਣੀਆਂ ਹਲੇ ਰਜਾਈਆਂ ਚੱਕਣੀਆਂ ਰਜਾਈਆਂ ਲਓ ਜੀ ਮਿਲਦੇ ਹਾਂ ਅਗਲੇ ਬਲੌਗ ਵਿੱਚ ਐਸੀ ਸਮਾਪਤੀ ਕਰਦੇ ਹਾਂ।